ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਸਾਰੀ ਸੰਗਤ ਨੂੰ, ਦੇਸ਼ ਔਰ ਦੁਨੀਆ ਨੂੰ, ਜਿਹੜੇ ਪਿਛਲੇ 3 ਦਿਨ ਤੋਂ ਜੋ ਮੁਖਰਜੀ ਨਗਰ ਦਾ ਵਾਕਿਆ ਸੀ ਉਸ ਨੂੰ ਲੈ ਕੇ ਬਹੁਤ ਦੁਨੀਆ ਭਰ 'ਚ ਇਸ ਦਾ ਰਿਐਕਸ਼ਨ ਆਇਆ ਔਰ ਦੁਨੀਆ ਭਰ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਇਸ ਲੜਾਈ ਲੜਨ ਦੇ ਅੰਦਰ। ਕੋਈ ਆਪਣੇ ਘਰ ਬੈਠ ਕੇ ਸੋਸ਼ਲ ਮੀਡੀਆ 'ਤੇ ਇਸ ਲੜਾਈ ਨੂੰ ਲੜ ਰਿਹਾ ਸੀ, ਕੋਈ ਸੜਕ 'ਤੇ ਆ ਕੇ ਲੜ ਰਿਹਾ ਸੀ, ਕੋਈ ਧਰਨੇ ਪ੍ਰਦਰਸ਼ਨ ਕਰਕੇ ਲੜ ਰਿਹਾ ਸੀ, ਕਿਸੇ ਨੇ ਸਰਕਾਰਾਂ ਨੂੰ ਵਿਗਿਆਪਨ ਦਿੱਤੇ, ਕਿਸੇ ਨੇ ਧਰਨੇ ਲਾ ਕੇ DC ਦੇ ਦਫ਼ਤਰ ਦੇ ਬਾਹਰ ਦਿੱਤੇ। ਸੋ ਹਰ ਤਰੀਕੇ ਦੇ ਲੋਕਾਂ ਨੇ ਸਾਡਾ ਇਹਦੇ ਅੰਦਰ ਸਾਥ ਦਿੱਤਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ, ਦਿੱਲੀ ਦੀ ਸਾਰੀ ਸੰਗਤ ਨੇ ਅੱਗੇ ਲੱਗ ਕੇ, ਬਹੁਤ ਸਾਰੇ ਨੌਜਵਾਨਾਂ ਨੇ, ਬੀਬੀਆਂ ਨੇ, ਬਜ਼ੁਰਗਾਂ ਨੇ, ਮੈਂ ਮਤਲਬ ਮੇਰੇ ਕੋਲ ਅਲਫਾਜ਼ ਨਹੀਂ ਲੋਕਾਂ ਦਾ ਨਾਮ ਔਰ ਧੰਨਵਾਦ ਕਰਨ ਦਾ। ਬਹੁਤ ਵੱਡੀ ਇੱਕ ਲੜਾਈ ਇਸ ਕਰਕੇ ਸੀ ਕਿਉਂਕਿ ਤੁਸੀਂ ਜਦੋਂ ਕਿਸੇ 'ਤੇ ਜ਼ੁਲਮ ਕਰਦੇ ਜੀ ਔਰ ਉਸ ਜ਼ੁਲਮ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ, ਉਸਦਾ ਟਾਕਰਾ ਕਰਦਾ, ਤਾਂ ਫਿਰ ਸਾਰੇ ਦੁਨੀਆ ਦਾ ਫਰਜ਼ ਬਣਦਾ। ਮੈਂ 2-3 ਗੱਲਾਂ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ। 1, ਦੇਸ਼ ਦੇ ਹਰ ਤਰ੍ਹਾਂ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ। ਬਹੁਗਿਣਤੀ ਲੋਕਾਂ ਨੇ ਇਸ ਨੂੰ ਮਾੜਾ ਕਿਹਾ ਹੈ, ਬਹੁਗਿਣਤੀ ਲੋਕਾਂ ਨੇ TV'ਆਂ 'ਤੇ ਆ ਕੇ ਸਰਬਜੀਤ ਦਾ ਸਮਰਥਨ ਕੀਤਾ ਹੈ, ਬਹੁਗਿਣਤੀ ਲੋਕਾਂ ਨੇ, ਚਾਹੇ ਉਹ ਰਿਟਾਇਰਡ DGP ਹੋਣ। ਮੈਂ ਤੁਹਾਨੂੰ ਇੱਕ ਵਾਕਿਆ ਦੱਸਣਾ ਚਾਹੁੰਦਾ ਕਿ ਵਿਕਰਮ ਸਿੰਘ, ਇੱਕ ਰਿਟਾਇਰਡ DGP ਨੇ UP ਤੋਂ, ਉਹ ਕੋਈ ਸਿੱਖ ਧਰਮ ਤੋਂ ਨਹੀਂ ਹੈਗੇ, ਉਹਨਾਂ ਦੀ ਕੋਈ ਆਸਥਾ ਨਹੀਂ, ਲੇਕਿਨ ਇਨਸਾਨੀਅਤ ਦੇ ਨਾਤੇ ਮੈਂ ਦੇਖ ਰਿਹਾ ਸੀ ਜਿਸ ਤਰੀਕੇ ਆ ਕੇ ਉਹਨਾਂ ਇੰਡੀਆ ਟੂਡੇ ਇੰਗਲਿਸ਼ ਚੈਨਲ ਦੇ ਉੱਤੇ ਡਿਫੈਂਡ ਕੀਤਾ ਸਰਬਜੀਤ ਸਿੰਘ ਨੂੰ, ਜਿਹਨੇ ਉਹਦੇ ਪ੍ਰਤੀ ਜਿਸ ਤਰੀਕੇ ਦੇ ਅਲਫਾਜ਼ਾਂ ਦਾ ਇਸਤੇਮਾਲ ਕੀਤਾ ਔਰ ਇਨਸਾਫ਼ ਦੀ ਗੱਲ ਕੀਤੀ ਔਰ ਦਿੱਲੀ ਪੁਲਿਸ ਨੂੰ ਕਟਘਰੇ 'ਚ ਖੜ੍ਹਾ ਕੀਤਾ, ਉਹ ਆਪਣੇ ਆਪ ਅੰਦਰ ਇਹ ਦੱਸਦਾ ਹੈ ਕਿ ਦੇਸ਼ ਦੇ ਲੋਕ ਕਿਸ ਤਰੀਕੇ ਇਸ ਬੇਇਨਸਾਫ਼ੀ ਦੇ ਖਿਲਾਫ਼ ਨੇ। ਪਰ ਕਈ ਵਾਰ ਕੀ ਹੁੰਦਾ ਕਿ ਆਪਾਂ ਜਾਣਦੇ ਅੰਦਰ ਕੁਛ ਐਸਾ ਮਾਹੌਲ ਬਣਾ ਦਿੰਦੇ ਹਾਂ ਜਿਹਦਾ ਸਾਨੂੰ ਖੁਦ ਨੂੰ ਨੁਕਸਾਨ ਹੁੰਦਾ। ਇਹ ਕੋਈ ਧਾਰਮਿਕ ਮੁੱਦਾ ਨਹੀਂ ਸੀ, ਮੁੱਦਾ ਇਹ ਆ ਕਿ ਇੱਕ ਸਾਡਾ ਸਰਬਜੀਤ ਸਿੰਘ ਜੀ ਦਾ ਧਰਮ ਸਿੱਖ ਆ, ਜੋ ਕਿ ਇੱਕ ਪੂਰਨ ਸਿੱਖ ਵੀ ਔਰ ਅੰਮ੍ਰਿਤਧਾਰੀ ਸਿੱਖ ਆ, ਉਹਦਾ ਬੇਟਾ ਉਹਦੇ ਨਾਲ ਆ ਔਰ ਉਹਦੇ ਨਾਲ ਜਿਸ ਤਰੀਕੇ ਦੀ ਹਵਾਨੀਅਤ ਕੀਤੀ ਦਿੱਲੀ ਪੁਲਿਸ ਨੇ, ਉਸ ਦੀ ਸਾਰਿਆਂ ਨਿੰਦਾ ਕੀਤੀ। ਸਰਬਜੀਤ ਸਿੰਘ ਨੇ ਆਪਣੀ ਇਸ ਲੜਾਈ ਨੂੰ ਵੀ ਲੜਿਆ। ਸਰਬਜੀਤ ਸਿੰਘ ਬਹੁਤ ਲੜਨ ਤੋਂ ਬਾਅਦ ਵੀ ਅੱਜ ਵੀ ਬੜੇ ਹਾਈ ਮੋਰੈਲ ਔਰ ਹਾਈ ਸਪਿਰਿਟ ਅੰਦਰ ਸਾਡੇ ਨਾਲ ਆ। ਅਸੀਂ ਉਹਨੂੰ ਲੈ ਕੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਮਿਲੇ, ਹੋਮ ਸੈਕਟਰੀ ਸਾਹਿਬ ਕੋਲ ਵੀ ਇਸ਼ੂ ਰੇਜ਼ ਕੀਤਾ, ਹਾਈਐਸਟ ਪਲੇਟਫਾਰਮਸ 'ਤੇ ਰੇਜ਼ ਕੀਤਾ, ਦਿੱਲੀ ਦੇ ਅੰਦਰ ਆ ਕੇ ਬਹੁਤ ਸਾਰੀਆਂ ਸੰਗਤਾਂ ਨੇ ਇਹਦਾ ਸਾਥ ਦਿੱਤਾ, ਬਾਹਰੋਂ ਆ ਕੇ ਲੋਕ ਸਾਡਾ ਸਾਥ ਦੇਣਾ ਹੈ। ਔਰ ਹੁਣ ਉਹਦਾ ਮੈਨੂੰ ਲੋਕ ਫੋਨ ਕਰਕੇ ਪੁੱਛਦੇ ਨੇ, ਕਈ ਕਹਿੰਦੇ ਨੇ ਕੱਲ੍ਹ ਵੀ ਰਾਤ ਅਸੀਂ ਪੁਲਿਸ ਸਟੇਸ਼ਨ ਗਏ ਜੀ। ਮੈਂ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਹਰ ਲੜਾਈ ਦੇ ਅੰਦਰ ਇੱਕ ਸੀਮਾ ਆਉਂਦੀ ਆ, ਜਦੋਂ ਜਿੱਥੇ ਜਾ ਕੇ ਤੁਸੀਂ ਮਹਿਸੂਸ ਕਰਦੇ ਜੇ ਕਿ ਇਹ ਉਸ ਲੜਾਈ ਦੀ ਜਿੱਤ ਵੱਲ ਨੂੰ ਤੁਹਾਨੂੰ ਲੈ ਕੇ ਜਾ ਰਹੀ ਆ। ਅਸੀਂ ਇਸ ਲੜਾਈ ਦੇ ਅੰਦਰ ਸਾਡੀ ਦਿੱਲੀ ਦੀ ਔਰ ਦੇਸ਼ ਔਰ ਦੁਨੀਆ ਦੀ ਸੰਗਤਾਂ ਦੇ ਚੱਲਦੇ ਦੇਸ਼ ਦੇ ਲੋਕਾਂ ਦੀ ਜਿੱਤ ਹੋਈ ਆ। ਇਹ ਕੋਈ ਮੇਰੀ ਨਹੀਂ, ਕੋਈ ਕਿਸੇ ਇੰਡੀਵਿਜੁਅਲ ਦੀ ਨਹੀਂ, ਇਹ ਸਾਰਿਆਂ ਦੀ ਸਮੂਹਿਕ ਤੌਰ 'ਤੇ ਜਿੱਤ ਆ, ਇਨਸਾਫ਼ ਪਸੰਦ ਲੋਕਾਂ ਦੀ ਜਿੱਤ ਆ। ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਹੁਣ ਇਸ ਕੇਸ ਅੰਦਰ ਹੋਇਆ ਕੀ ਆ, ਕਿਉਂਕਿ ਬਹੁਤ ਸਾਰੇ ਅਲੱਗ ਅਲੱਗ ਤਰੀਕੇ ਦੇ ਲੋਕ ਅਲੱਗ ਅਲੱਗ ਗੱਲਾਂ ਕਰੀ ਜਾ ਰਹੇ ਨੇ, ਕਿਉਂਕਿ ਪਤਾ ਨਹੀਂ ਕਿਸੇ ਨੂੰ ਵੀ, ਸਿਰਫ ਸੋਸ਼ਲ ਮੀਡੀਆ 'ਤੇ ਸੁਣੀਆਂ ਗੱਲਾਂ ਦੇ ਉੱਤੇ ਇਤਬਾਰ ਕਰਕੇ ਲੋਕ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਮੈਂ ਆਪਣਾ ਦੱਸਣਾ ਚਾਹੁੰਦਾ ਹੈ ਕਿ ਪਰਸੋਂ ਜਾਂ ਚੌਥ ਰਾਤ ਨੂੰ ਜਿਸ ਵੇਲੇ ਘਟਨਾਕ੍ਰਮ ਬੀਤਦਾ ਹੈ ਔਰ ਅਸੀਂ ਉੱਥੇ ਮੌਕੇ 'ਤੇ ਪਹੁੰਚਦੇ ਹਾਂ, ਮੈਂ ਕੋਈ 50 ਮਿੰਟ ਬਾਅਦ ਉੱਥੇ ਪਹੁੰਚ ਕੇ ਆਊਂਗਾ, ਲਗਭਗ ਮੈਂ ਰਸਤੇ 'ਚ ਸੀ, ਸਿਰਸਾ ਜਾ ਰਿਹਾ ਸੀ ਫਾਰਮ 'ਤੇ, ਮੈਂ ਵਾਪਸ ਚੱਲ ਮੁੜਿਆ ਔਰ ਮੈਨੂੰ ਕੁਛ 1-1.5 ਘੰਟਾ ਲੱਗਾ ਔਰ ਇਸ ਇੰਸੀਡੈਂਟ ਦੇ ਆਸ ਪਾਸ, ਮੈਨੂੰ ਲੱਗਦਾ 1 ਘੰਟੇ ਦੇ ਆਸ ਪਾਸ ਜਾਂ 1.25 ਘੰਟੇ ਦੇ ਆਸ ਪਾਸ ਮੈਂ ਉੱਥੇ ਪਹੁੰਚ ਜਾਂਦਾ। ਉਸ ਵੇਲੇ ਤੋਂ ਅਸੀਂ ਲੜਨਾ ਸ਼ੁਰੂ ਕੀਤਾ। ਪਹਿਲੇ ਦਿਨ ਸਾਡੀ ਲੜਾਈ ਇੱਕ ਰਹੀ ਕਿ ਸਰਬਜੀਤ ਸਿੰਘ ਨੂੰ ਕਿਸੇ ਤਰੀਕੇ ਪੁਲਿਸ ਅਰੈਸਟ ਨਹੀਂ ਕਰੂਗੀ। ਸਰਬਜੀਤ ਸਿੰਘ ਨੂੰ ਅਸੀਂ ਛੁਡਵਾਇਆ, ਉਹਦਾ ਮੈਡੀਕਲ ਕਰਾਉਣ ਤੋਂ ਬਾਅਦ ਦਿੱਲੀ ਕਮੇਟੀ ਦੇ 4-5 ਮੈਂਬਰ ਜਿਹੜੇ ਸੀ ਪੁਲਿਸ ਸਟੇਸ਼ਨ ਅੰਦਰ ਸੀਗੇ, ਹੋਸਪਿਟਲ ਅੰਦਰ ਭੇਜੇ ਸੀ, ਮੈਂ ਪੁਲਿਸ ਸਟੇਸ਼ਨ ਖੜ੍ਹਾ ਸੀਗਾ ਔਰ ਅਸੀਂ ਉਹ ਸਰਬਜੀਤ ਸਿੰਘ ਨੂੰ ਉੱਥੋਂ ਹੋਸਪਿਟਲ ਤੋਂ ਬਾਅਦ ਆਪਣੇ ਕੋਲ ਘਰ ਲਿਆਂਦਾ। ਸਰਬਜੀਤ ਸਿੰਘ ਉੱਥੋਂ ਬਾਹਰ ਲਿਆਂਦਾ ਗਿਆ। ਉਸ ਤੋਂ ਬਾਅਦ ਸਰਬਜੀਤ ਸਿੰਘ ਨੂੰ ਅਸੀਂ ਅਕਾਬਗੰਜ ਸਾਹਿਬ ਲੈ ਆਏ। ਅਗਲੇ ਦਿਨ ਸਵੇਰੇ ਸਰਬਜੀਤ ਸਿੰਘ ਨੂੰ ਨਾਲ ਲੈ ਕੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਮਿਲੇ, ਉਸ ਨੂੰ ਸਾਰੀ ਗੱਲ ਦੱਸੀ। ਸਰਬਜੀਤ ਸਿੰਘ ਨੇ ਵੀ ਆਪਣੀ ਸਾਰੀ ਗੱਲ ਆਪਣੇ ਬੇਟੇ ਨੂੰ ਨਾਲ ਲੈ ਕੇ ਮਿਲੇ। ਉਹਨੇ ਬਹੁਤ ਅੱਛੇ ਤਰੀਕੇ ਨਾਲ ਆਪਣੀ ਗੱਲ ਨੂੰ ਰੱਖਿਆ।
मैं उसकी सहनशीलता की उसकी टॉलरेंस की उसकी जिन्हें उन्हें शां जिन्हें तरी जिस तरीके उन्हें इन्नी लड़ाई लड़न के बाद जो कुछ तशद्दुद होती हुई वो बावजूद जिस तरीके वो अपना पेशवा आया वो एक वाकई बड़ी समझदारी का उन्हें परिचय दिता। हुण अगे की हुंदा है कि सरबजीत सिंह जो दिल्ली पुलिस के कमिश्नर मिलता है वह कहता जी मेरे नाल जो जाति हुई आ जो मैं गल्लां दस रहा वह गल्लां ने शायद जिहड़ियां फस्ट हैंड इनफॉर्मेशन किसी को नहीं है। सरबजीत सिंह ने सानू भी बंद कमरे च किया सारे च बह के भी किया कि सिरसा जी जो हो गया छड्डिया जाए मैं हुण अगे चलना चाहुंदा है और कोई केसां कुसां च मैं पैणा नहीं चाहुंदा। असीं सरबजीत सिंह नूं समझाया कि सरबजीत गल तेरी नहीं हैगी हुण ये गल सारे देश की गल देश के लोगों की दुनिया के लोगों की गल बन गई है और एक इंसाफ की गल है लड़ाई हुण कोई तेरी नहीं रह गई इंसाफ की लड़ाई बन चुकी और इंसाफ की लड़ाई के अंदर कई बार इंसाफ लैण वास्ते बंदे नूं वड्डियां लड़ाइयां लड़नियां पैंदियां ने इस करके तू हुण इस लड़ाई तो पिछे नहीं हट सकता क्योंकि तेरी इंडिविजुअल लड़ाई नहीं हैगी। 10-15 मिनट में लगे उन्होंने समझाने में ये अग्रीड उन्हें कहा चलो ठीक गल है यह भी गल तुहाडी ठीक है लोगों मेरा बड़ा साथ मैं कहा लोग टुट जाएंगे जो तेरा साथ दिता कल नूं कोई किसी का साथ नहीं दूंगा कहूगा नहीं। असी कमिश्नर पुलिस नूं जदों दस्या अमूल्य पटनायक दी मैं इस गल की तारीफ करदा है ना जो तीन अल्फाज कहे मैं तुहाडे नाल शेयर करना चाहुंदा है क्योंकि तुहानूं गल्लां दा पता होवे और तुसीं फिर अपना फैसला कर सको कि असी कित्थे खड़े और की कुछ होया। अमूल्य पटनायक कहिंदे ने कि देखो मैं आपको बहुत संखेप में बता देता हूँ वर्दी वालों को कोई गुंडागर्दी करने का राइट नहीं है सबके बराबर कानून सबके लिए बराबर होता है अगर लॉ ऑफ द लैंड इज इक्वल फॉर एवरीबडी और अगर वर्दी में भी कोई गलत काम हुआ तो उनके खिलाफ भी कार्रवाई होगी आप मुझे कंप्लेंट लिख के दें। असी उत्थे अपना वकील नूं नाल सीगा असी उत्थे वकील नूं कहा भी लिख कंप्लेंट। सरबजीत सिंह ने दस्या कि तीन बंदे मैं पहचानदा कौन कौन एक जिहड़ा सब तो पहला आउंदा है एक जिहड़ा ठुड्डे मार रहा सी सिर अंदर एक कोई होर बंदा तीन बंदे बाई नेम जानदा सी पुराने जानदा सी उन्हें तिना के नाम दिते तिना के अलावा जिहड़े बाकी लोग सीगे उन्हें कहा मैं सीसीटीवी कैम सॉरी जो मेरी वीडियो वीडियो मैं सबू पहचानता पाया मैं सबू जानता इन्हों एज इट इज़ लिखा जाए तो पुलिस ने लिखा एफ आई आर अंदर भी आ तीन बंदे आइडेंटीफाइड ने और बाकी अनआइडेंटीफाइड जो पुलिस वाले ने जिन्होंने सरबजीत पहचानता है सारे जिन्होंने नाम जमा का नाम का सरबजीत नहीं पता पर उन्होंने सबू पहचानता है सो 12-13 कुल लोग ने मैं एग्जैक्ट नहीं पता पर इन्होंने खिलाफ पुलिस ने मुकदमा देने की गल कही। परसों जो असं कमिश्नर पुलिस को निकलते हैं असं वापस रकाबगंज साहब आ जाने सरबजीत नाल लैके जाने गुरुद्वारा रकाबगंज साहब जाके असी गुरु साहब तो नतमस्तक होंने सरबजीत सिंह जाता साढ़े नाल और उस तो बाद मुकदमा दर्ज हो जाता है और रात को फिर पुलिस स्टेशन के बाहर धरना लग जाता है जिते दादूवाल जी भी आते हैं। मैं सारी गल दादूवाल जी ने मेरे नाल पहले ही फोन पर हो चुकी मैंने सारी गल दसती भी आह गल मैंने उन्होंने दुपहरे पूछा मैं ही फोन किया उन्होंने मैं क्या मैंने पता लगा तुम आना है कहते जी आ रहे हैं मैं क्या चलो ठीक है जी आया कहते जी केस का की स्टेटस आ मैं क्या केस का स्टेटस ये आ कि मुकदमा दर्ज हो गया पुलिस उत्ते और सरबजीत उत्ते ऑलरेडी मुकदमा दर्ज सीगा मैं उन्होंने मुकदमा नंबर भी दसा संगत तो भी दसदा है 245/19 मुकरज नगर पुलिस स्टेशन का मुकदमा दर्ज होया है सरबजीत उत्ते नोट कर लियो 245/19 सरबजीत उत्ते दर्ज होया और अगले दिन 247/19 दर्ज होया है सरबजीत की कंप्लेंट उत्ते पुलिस वाले के खिलाफ। मेरे समझ के मुताबिक जिनी कि मेरी छोटी सोच आ मैं कोई बहुत कानून का माहिर नहीं जो मेरी अपनी सोच आ उसके मुताबिक दिल्ली पुलिस के या किसी भी पुलिस के उत्ते मुकदमा दर्ज होना ही अपने आप अंदर एक वड्डी गल हुंदी आ क्योंकि पुलिस से जो मुकदमा दर्ज हो जाना है उन्होंने कोर्टा जाना पैना उसकी नौकरी के उत्ते खतरा है और उसकी नौकरी का पता हुंदा कि हुण मेरा ये सब तो माड़ा काम जो किसी पुलिस वाले तो हो सकता तो वह पुलिस का मुकदमा दर्ज हो सकता है। मुकदमा किसी पर भी दर्ज हुंदा उन्ना ही हुंदा पर पुलिस का मुकदमा पुलिस के वलों पुलिस से मुकदमा दर्ज करना ही अपने आप से एक वड्डी गल हुंदी है। चलो उस ते मुकदमा पुलिस से दर्ज होया 247/19 पुलिस स्टेशन मुकरजी नगर इस सारी घटनाक्रम के कराने तो बाद मुकदमा दर्ज कराने तो बाद रकाबगंज साहब मैं गया रकाबगंज साहब उसका इलाज कराया सरबजीत नूं नाल लैके गई उसके बेटे नूं डॉक्टर दवाइया दवाने तो बाद मैं कोई तकरीबन 8:30-9 घर पहुँचता रात दे ते मैनूं फोन आने लग पैंदे जी कि तुसी पुलिस स्टेशन आओ मुकरजी नगर आओ मुकरजी नगर पुलिस स्टेशन आओ। मैं फिर फोन किया कहिंदे जी दादूवाल जी का बंदे का फोन आया जी दादूवाल जी कह रहे इत्थे आओ मैं दादूवाल जी नूं फोन किया मैं कहा दादूवाल जी तुहानूं मैं दस्सिया इह मुकदमा ते दर्ज हो चुक्या है वो कहिंदे यार संगतां सारियां कह रहियां मैं नहीं कह रहा सिरसा जी संगतां कह रहियां कि सिरसा जी नूं बुलाओ मैं कहा जी अच्छा चलो मैं आउणा मैं फिर चले गया जी दुबारा उत्थे काफ़ी उत्थे अजूम रहा सारे आने कहण जी कि सानूं दसो होया कि असीं कहा जी मुकदमा दर्ज होया कहिंदे नहीं जी मुकदमा पुलिस नूं को बाहर आवे एफ आई आर की कॉपी देवे मैं कहा जी देखो मैं तो ये कह सकदा कि हुण जो तुसीं सारे मिल के फैसला करो कि मैं तुहाड़े नाल आ क्योंकि लड़ाई तुसीं लड़ी मैं कल्ले नहीं लड़ी और लड़ाई अंदर तुसीं सारे मेरा साथ दिता है
ਇਸ ਕਰਕੇ ਮੇਰਾ ਫਰਜ਼ ਨਹੀਂ ਬਣਦਾ ਕਿ ਮੈਂ ਆਪਣੀ ਮਨਮਰਜ਼ੀ ਨਾਲ ਕੋਈ ਗੱਲ ਕਹਾਂ, ਸਾਰੇ ਜੋ ਫੈਸਲਾ ਕਰਨਗੇ ਮੈਂ ਤੁਹਾਡੇ ਨਾਲ ਬੈਠਾ। ਚਲੋ ਜੀ, ਅੰਤ ਅੰਦਰ ਬਹੁਤ ਸਮੇਂ ਤੋਂ ਬਾਅਦ ਇਹ ਗੱਲ ਦਾਦੂਵਾਲ ਜੀ ਨੇ ਕਹੀ ਕਿ ਮੈਂ 5 ਬੰਦਿਆਂ ਨੂੰ ਭੇਜਦਾ ਹੈ ਅਤੇ ਤੁਸੀਂ 5 ਬੰਦੇ ਅੰਦਰ ਜਾਓ, ਪੁਲਿਸ ਕੋਲ FIR ਦੇਖ ਕੇ ਆਓ ਔਰ ਸਾਰੀ ਘਟਨਾਕ੍ਰਮ ਜੋ ਅੰਦਰ ਹੋਇਆ ਸਾਨੂੰ ਦੱਸੋ, ਫਿਰ ਆਪਾਂ ਅਗਲਾ ਫੈਸਲਾ ਲਵਾਂਗੇ। ਮੈਂ ਗਿਆ, ਮੇਰੇ ਨਾਲ ਹਰਮਿੰਦਰ ਸਿੰਘ ਆਲੂਵਾਲੀਆ ਗਿਆ, ਮੇਰੇ ਨਾਲ ਸਿੱਖ ਚੈਨਲ ਤੋਂ ਜਸਵਿੰਦਰ ਗਿਆ, ਇੱਕ ਬਬਲੂ ਸੀ ਸ਼ਾਇਦ, ਮੈਨੂੰ ਨਾਮ ਨੌਜਵਾਨ ਦਾ ਦੋਸਤ ਦਾ ਯਾਦ ਨਹੀਂ ਹੈਗਾ, ਲੇਕਿਨ 2 ਲੋਕ ਅਸੀਂ ਹੋਰ ਸੀ, 5 ਲੋਕ ਅਸੀਂ ਜਾਂਦੇ ਹਾਂ। ਸਾਡੇ ਸਾਹਮਣੇ ਜੁਆਇੰਟ ਕਮਿਸ਼ਨਰ ਅਗਰਵਾਲ ਬੈਠੇ ਆ, ਮੈਡਮ DCP ਆਰਿਆ ਬੈਠੀ ਆ ਔਰ DCP ਸਰਦਾਰ ਮਨਦੀਪ ਸਿੰਘ ਰੰਧਾਵਾ ਬੈਠੇ ਆ ਔਰ ਹੋਰ ਪੁਲਿਸ ਵਾਲਿਆਂ ਨੇ ਸਾਨੂੰ, ਅਸੀਂ ਜਿਹਨੂੰ ਗੱਲ ਦੱਸੀ ਉਹਨਾਂ ਨੇ ਦੋਵੇਂ FIR ਮੰਗਾ ਲਈਆਂ। ਉਹਨਾਂ ਕਿਹਾ ਜੀ ਆਹ FIR ਆ, ਬੜਾ ਸੈਂਸਿਟਿਵ ਕੇਸ ਆ, ਹਮੇਸ਼ਾ ਸੈਂਸਿਟਿਵ ਕੇਸ ਦੀ FIR ਜਿਹੜੀ ਆ ਉਹ ਰਿਜ਼ਰਵ ਕਰ ਲਈ ਜਾਂਦੀ ਆ, ਤੁਸੀਂ FIR ਪੜ੍ਹੋ, ਦੇਖੋ ਸਾਰੀਆਂ ਗੱਲਾਂ ਪੜ੍ਹੋ, ਤਸੱਲੀ ਕਰੋ, ਫਿਰ ਤੁਸੀਂ ਬੋਲੋ। ਚਲੋ ਜੀ, ਅਸੀਂ FIR ਖੋਲ੍ਹੀ, ਸਭ ਤੋਂ ਪਹਿਲਾਂ 245 ਨੰਬਰ FIR ਦੇਖੀ ਗਈ। 245 ਨੰਬਰ FIR ਅੰਦਰ ਦੇਖਿਆ ਗਿਆ, ਕੋਈ 307 ਤਾਂ ਨਹੀਂ ਲੱਗੀ ਸਰਬਜੀਤ ਉੱਤੇ, ਕਿਉਂਕਿ ਸਭ ਦੇ ਕਹਿ ਰਹੇ ਸੀ 307 ਲੱਗ ਗਈ ਆ, ਅਸੀਂ ਵਾਰ ਵਾਰ ਕਹਿ ਰਹੇ ਸੀ 307 ਨਹੀਂ ਲੱਗੀ। ਇਹ ਸਾਰਾ ਦੇਖਣ ਤੋਂ ਬਾਅਦ ਦੇਖਿਆ ਜੀ 307 ਨਹੀਂ ਲੱਗੀ, ਉਹਨਾਂ ਨੇ ਕਿਹਾ ਨਹੀਂ ਲੱਗੀ ਨਾ ਲੱਗੂਗੀ। ਚਲੋ ਜੀ, FIR ਪੜ੍ਹੀ, ਸਾਰਾ ਸਮਝੀ, ਉਸ ਤੋਂ ਬਾਅਦ ਉਹ FIR ਰੱਖ ਦਿੱਤੀ ਗਈ। ਹੁਣ ਆ ਗਈ ਜੀ 247 ਦਿਖਾਓ ਜੀ। ਫਿਰ ਮੈਂ ਹਰਮਿੰਦਰ ਆਲੂਵਾਲੀਆ ਨੇ, ਸਿੱਖ ਚੈਨਲ ਵਾਲੇ ਸਾਰਿਆਂ ਨੇ ਅਸੀਂ 247 FIR ਦੇਖੀ। ਜੋ ਉਹਨਾਂ ਨੇ ਚੀਜ਼ਾਂ ਸੀ ਕਹੀਆਂ ਸੀਗੀਆਂ, ਜੋ ਨਾਮ ਸੀਗੇ ਨਾਮ ਪੜ੍ਹੇ, ਬਾਕੀ ਨਾਮ ਕਿੰਨੇ ਨੇ, ਜੋ ਸਾਡੀ ਕੰਪਲੇਂਟ ਸੀ SIS ਇਟ ਇਜ਼ FIR ਦੀ ਕਾਪੀ ਆ, ਜੋ ਸਾਡੀ ਕੰਪਲੇਂਟ ਆ, ਕੰਪਲੇਂਟ ਮੇਰੇ ਕੋਲ ਪਈ ਆ, ਇਸ ਵੀਡੀਓ ਤੋਂ ਬਾਅਦ ਮੈਂ ਤੁਹਾਨੂੰ ਕੰਪਲੇਂਟ ਵੀ ਆਪਣੇ ਫੇਸਬੁੱਕ 'ਤੇ ਸ਼ੇਅਰ ਕਰੂੰਗਾ, ਤੁਸੀਂ ਕੰਪਲੇਂਟ ਪੜ੍ਹਿਓ। ਜੋ ਕੰਪਲੇਂਟ ਲਿਖੀ ਗਈ ਆ ਐਜ਼ ਇਟ ਇਜ਼ FIR, ਕੋਈ ਇੱਕ ਚੀਜ਼ FIR 'ਚ ਬਦਲੀ ਨਹੀਂ ਗਈ, ਇਹਦੀ ਜ਼ਿੰਮੇਵਾਰੀ ਆ ਮੇਰੀ, ਮੈਂ ਇੱਕ ਜ਼ਿੰਮੇਵਾਰ ਆਦਮੀ, ਤੁਹਾਡਾ ਸੇਵਾਦਾਰ, ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ, ਮੈਂ ਦੇਖ ਕੇ ਆਇਆ, ਮੇਰੇ ਨਾਲ ਦੇਖਣ ਵਾਲੇ ਲੋਕਾਂ ਦੇਖੀ ਆ, ਅਸੀਂ ਸਾਰਾ ਦੇਖਿਆ, ਪੁਲਿਸ ਨੇ ਸਾਨੂੰ ਸਾਰਾ ਘਟਨਾਕ੍ਰਮ ਸਮਝਾਇਆ ਔਰ ਪੁਲਿਸ ਨੇ ਦੱਸਿਆ ਕਿ ਕਿਉਂ FIR ਦੀ ਕਾਪੀ ਨਹੀਂ ਦੇ ਸਕਦੇ, ਦੇਖੋ ਪੜ੍ਹੋ। ਔਰ ਉਹਨਾਂ ਇਹ ਵੀ ਕਿਹਾ, ਅਸੀਂ ਸਾਰਾ ਸਵੇਰ ਤੱਕ ਇੱਥੇ ਬਹਿੰਦੇ ਹਾਂ, ਤੁਸੀਂ 5-5, 10-10 ਲੋਕ ਅੰਦਰ ਭੇਜੋ, ਸਾਰੇ ਆ ਕੇ ਦੇਖਣ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜੋ ਸਿਸਟਮ ਕਾਨੂੰਨ ਦੇ ਬਣੇ ਨੇ, ਸੈਂਸਿਟਿਵ FIR ਨਹੀਂ ਬਾਹਰ ਕੀਤੀਆਂ ਜਾਂਦੀਆਂ। ਗੱਲ ਨੂੰ ਮੰਨਿਆ ਜੀ, ਅਸੀਂ ਬਾਹਰ ਆ ਜਾਂਦੇ ਹਾਂ, ਅਸੀਂ ਆ ਕੇ ਪਹਿਲਾਂ ਮੈਂ ਬੋਲਿਆ, ਫਿਰ ਹਰਮਿੰਦਰ ਬਾਲੂਵਾਲੀਆ ਬੋਲਿਆ, ਤੁਸੀਂ ਦੇਖਿਓ ਲਾਈਵ ਦੇ ਉੱਤੇ, ਫਿਰ ਸਿੱਖ ਚੰਦਰ ਵਾਲਾ ਜਸਵਿੰਦਰ ਬੋਲਿਆ, ਸ਼ੇਰ ਇੱਕ ਅੱਧਾ ਆਦਮੀ ਹੋਰ ਵੀ ਬੋਲਿਆ, ਫਿਰ ਦਾਦੂਵਾਲ ਜੀ ਵੀ ਬੋਲੇ, ਉਹਨਾਂ ਕਿਹਾ ਵੀ ਦੇਖੋ ਜਿਹੜੇ ਬੰਦੇ ਭੇਜੇ ਸੀ, ਜ਼ਿੰਮੇਵਾਰ ਆਦਮੀ ਭੇਜੇ ਸੀ, ਔਰ ਸਭ ਨੇ ਹੁਣ ਇਹ ਗੱਲ ਕਹੀ ਆ ਕਿ ਆਹ ਮੁਕੱਦਮਾ ਜਿਹੜਾ ਇਹ ਇਸ ਤਰ੍ਹਾਂ ਦਰਜ ਹੋਇਆ, ਇਸ ਕਰਕੇ ਆਪਾਂ ਨੂੰ ਹੁਣ ਸੰਗਤ ਨੂੰ ਫੈਸਲਾ ਲੈਣਾ ਚਾਹੀਦਾ। ਇਸ ਦੌਰਾਨ 2-3 ਲੋਕਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਮੈਂ ਕਿਹਾ ਵੀ ਭਰਾਓ ਤੁਹਾਡਾ ਜੋ ਫੈਸਲਾ ਤੁਸੀਂ ਕਰੋ, ਮੈਂ ਸਾਰੀ ਗੱਲ ਤੁਹਾਨੂੰ ਆ ਕੇ ਦੱਸਤੀ ਆ, ਸਾਡੀ ਸੈਟਿਸਫੈਕਸ਼ਨ ਨਹੀਂ ਹੈ, ਸਾਡੀ ਗੱਲ ਨਹੀਂ ਹੈਗੀ, ਗੱਲ ਕੰਪਲੇਂਟੈਂਟ ਦੀ ਗੱਲ ਆ, ਗੱਲ ਸਰਬਜੀਤ ਦੀ ਗੱਲ ਆ, ਗੱਲ ਸਾਰਿਆਂ ਦੀ ਆ, ਇਸ ਕਰਕੇ ਮੈਂ ਇਕੱਲਾ ਕੋਈ ਗੱਲ ਨਹੀਂ ਕਰਦਾ, ਭਰਾਓ ਜੋ ਤੁਸੀਂ ਫੈਸਲਾ ਕਰਨਾ ਕਰ ਲਓ, ਮੈਂ ਆਪਣਾ ਪਿੱਛੇ ਹਟ ਜਾਂਦਾ। ਉਸ ਵੇਲੇ ਉੱਥੇ ਲਾਲਾ 2-4 ਲੋਕ ਕਰਨ ਲੱਗ ਪਏ, ਇੱਕ 2 ਵੀ ਕਹਿਣ ਲੱਗ ਪਏ ਬਾਹਰ ਪੁਲਿਸ ਕੱਢੋ, ਜੋ ਮੈਨੂੰ ਡਰ ਇਹ ਸੀਗਾ ਕਿ ਕੋਈ ਇੱਥੇ ਐਸੀ ਸਿਚੁਏਸ਼ਨ ਨਾ ਆ ਜਾਏ ਜਿਹਦੇ ਨਾਲ ਕੋਈ ਮਾਰਧਾੜ ਦੀ ਗੱਲ ਕਰ ਦੇਵੇ, ਕਿਉਂਕਿ ਮਾਫ ਕਰਨਾ, 1-3 ਪਹਿਲਾਂ ਜਿਸ ਤਰੀਕੇ ACP ਨੂੰ ਦੌੜਾ ਕੇ ਮਾਰਿਆ ਗਿਆ, ਕੀਤਾ ਗਿਆ, ਉਹ ਕੋਈ ਚੰਗੀ ਗੱਲ ਨਹੀਂ ਸੀ, ਕੋਈ ਨੁਕਸਾਨ ਹੋ ਜਾਂਦਾ, ਲੋਕਾਂ ਸਾਨੂੰ ਫੜਨਾ ਸੀ, ਜ਼ਿੰਮੇਵਾਰੀ ਲੋਕਾਂ ਨੇ ਸਾਡੀ ਮੰਨਣੀ ਸੀ ਵੀ ਤੁਸੀਂ ਗਏ ਸੀ, ਤੁਸੀਂ ਕਿਉਂ ਕੀਤਾ, ਤੁਸੀਂ ਤਾਂ ਸਿਆਣੇ ਸੀਗੇ, ਅਸੀਂ ਸੰਸਥਾਵਾਂ 'ਚ ਬੈਠੇ ਹਾਂ, ਅਸੀਂ ਅਹੁਦਿਆਂ 'ਚ ਬੈਠੇ ਹਾਂ, ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ, ਕਦੀ ਸਾਡੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਕੇ ਦੇਖੋ, ਜਿਸ ਜਗ੍ਹਾ 'ਤੇ ਅਸੀਂ ਬੈਠੇ ਹਾਂ ਉਹਦੀ ਜਗ੍ਹਾ ਦਾ ਅਹਿਮੀਅਤ ਸਮਝ ਕੇ ਦੇਖੋ, ਉਸਦਾ ਸਤਿਕਾਰ ਸਮਝ ਕੇ ਦੇਖੋ, ਸਾਨੂੰ ਕਿਤਨਾ ਬੋਲਣਾ ਪੈਂਦਾ, ਕਿੰਨੇ ਜ਼ਿੰਮੇਵਾਰੀ ਨਾਲ ਗੱਲ ਨੂੰ ਕਰਨਾ ਪੈਂਦਾ ਹੈ, ਅਸੀਂ ਕੋਈ ਚੱਲਦੇ ਫਿਰਦੇ ਬਿਆਨ ਨਹੀਂ ਸੜਕੇ ਸੁੱਟ ਸਕਦੇ ਵੀ ਜੋ ਜੀ ਕਰੇ ਬੋਲ ਦਿਓ। ਮੈਂ ਉੱਥੇ ਵੀ ਬਾਹਰ ਆ ਕੇ ਗੱਲ ਕਹੀ ਸੀ, ਮੇਰੀ ਵੀਡੀਓ ਦੇਖਿਓ ਜੀ, ਮੈਂ ਕਿਹਾ ਮੈਂ ਕੇਵਲ ਚੰਦ ਲੋਕਾਂ ਨੂੰ ਖੁਸ਼ ਕਰਨ ਵਾਸਤੇ ਝੂਠੇ ਨਾਰਾ ਲਾਦਾ, ਚੰਦ ਲੋਕਾਂ ਨੂੰ ਖੁਸ਼ ਕਰਨ ਵਾਸਤੇ ਝੂਠ ਬੋਲਾਂ, ਮੈਂ ਉਹ ਕੰਮ ਕਰਨ ਵਾਲਾ ਨਹੀਂ, ਮੈਂ ਸੰਸਥਾ ਨਾਲ ਜੁੜਿਆ ਆਦਮੀ ਹਾਂ ਔਰ ਐਡੀ ਉੱਚੀ ਸੰਸਥਾ ਦੇ ਉਹਨਾਂ ਮੈਨੂੰ ਸੇਵਾ ਮਿਲੀ ਆ, ਇਸ ਕਰਕੇ ਜੋ ਮੈਂ ਬੋਲੂੰਗਾ ਭਾਈਓ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਬੋਲੂੰਗਾ ਸੱਚ। ਹੁਣ ਵੀਰ ਜੀ ਮੈਂ ਆ ਕੇ ਗੱਲ ਦੱਸ ਦਿੱਤੀ, ਉਦੋਂ ਬਾਅਦ ਦਾਦੂਵਾਲ ਜੀ ਵੀ ਉੱਥੋਂ ਚਲੇ ਗਏ, ਮੈਂ ਵੀ ਉੱਥੋਂ ਚਲੇ ਗਿਆ, ਲੇਕਿਨ ਜਦੋਂ ਲਾਲਾ ਮੈਂ ਦੇਖੀ ਕਿ ਇਹਦਾ ਨੁਕਸਾਨ ਹੋ ਜਾਣਾ ਹੈ, ਕੋਈ ਨਾ ਕੋਈ ਬੱਚੇ ਨੇ ਕੋਈ ਨਾ ਕੋਈ ਵਾਧੀ ਘਾਟੀ ਕਰ ਦੇਣੀ ਆ, ਲੋਕਾਂ ਕਹਿਣਾ ਤੂੰ ਸਿਰਸਾ ਵੀ ਚਲੇ ਗਿਆ ਸੀ, ਮੇਰੀ ਜ਼ਿੰਮੇਵਾਰੀ ਆ, ਮੈਂ ਫਿਰ ਵਾਪਸ ਆਇਆ, 2 ਮਿੰਟ 'ਚ ਮੈਂ ਵਾਪਸ ਆ ਗਿਆ, ਮੈਂ 2 ਮਿੰਟ 'ਚ ਵਾਪਸ ਆਉਣਾ ਹੈ, ਆ ਕੇ ਮੈਂ ਲਾਈਵ ਟੈਲੀਵਿਜ਼ਨ ਸਾਰੇ ਖੜ੍ਹੇ ਆ, ਉਹ ਕਹਿੰਦੇ ਜੀ ਸੀਗਾ, ਸੈਟਿਸਫੈਕਸ਼ਨ ਹੋ ਗਿਆ, ਵਧਾਈ ਸਾਰੇ ਆ ਗਏ ਜੀ, FIR ਦਾ ਨੰਬਰ ਵੀ ਆ ਗਿਆ ਹੈ, ਮੈਂ ਆ ਕੇ ਫਿਰ ਬੋਲ ਦਿੰਦਾ ਕਿ ਸਾਰਿਆਂ ਨੂੰ ਚਲੋ ਵਧਾਈ, ਤੇ ਹੁਣ ਜਾਓ, ਹੁਣ ਖਤਮ ਨੂੰ ਕਰੋ, ਮੈਂ ਕਹਿ ਕੇ ਗੱਲ ਉੱਥੋਂ ਨਿਕਲ ਆਉਣਾ ਹੈ। ਲੇਕਿਨ ਫਿਰ ਵੀ ਮੈਂ ਦੇਖਿਆ 2-2.5 ਘੰਟੇ ਤੱਕ ਉੱਥੇ ਕਾਫੀ ਸੰਗਤਾਂ ਖੜੀਆਂ ਰਹੀਆਂ। ਹੁਣ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਇਸ ਕਰਕੇ ਲਾਈਵ ਵੀਡੀਓ ਪਾਈ ਆ, ਇਹ ਸਾਰਾ ਘਟਨਾਕ੍ਰਮ ਮੈਂ ਤੁਹਾਡੇ ਸਾਹਮਣੇ ਰੱਖਿਆ, ਘਟਨਾਕ੍ਰਮ ਦੇ ਅੰਦਰ ਸਾਰੇ ਪੁਲਿਸ ਵਾਲਿਆਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ, ਘਟਨਾਕ੍ਰਮ ਦੇ ਅੰਦਰ ਤੁਹਾਨੂੰ ਇਹ ਵੀ ਦੱਸਿਆ ਕਿ ਕਿਸ ਤਰੀਕੇ ਸਰਬਜੀਤ ਸਿੰਘ ਉੱਤੇ ਕੋਈ 307 ਨਹੀਂ ਲੱਗੀ,
ਔਰ ਜੋ ਕਾਨੂੰਨ ਦੇ ਦਾਇਰੇ ਦੇ ਤਹਿਤ ਝਗੜਾ ਦੋਵਾਂ ਦਾ ਦਿਖਾਇਆ, ਝਗੜੇ ਦੇ ਅੰਦਰ ਸਰਬਜੀਤ ਮੁਕਦਮਾ ਦਰਜ ਹੋਇਆ, ਕੋਈ ਉੱਤੇ 307 ਜਾਨ ਤੇ ਮਾਰਨ ਦੀ, ਕੋਈ ਉੱਤੇ ਮੁਕਦਮਾ ਦਰਜਾ, ਜੋ ਕਿ ਬਾਜ਼ਾਰ ਅੰਦਰ ਇੱਕ ਬੜਾ ਵੱਡਾ ਰਿਊਮਰ ਫੈਲਾ ਰੱਖਿਆ। ਖਾਲਸਾ ਜੀ, ਕਿਤੇ ਨਾ ਕਿਤੇ ਆਪਾਂ ਨੇ ਬੜੀ ਜ਼ਿੰਮੇਵਾਰੀ ਨਾਲ ਸਮਝਣ ਦੀ ਲੋੜ ਆ ਕਿ ਜੋ ਆਪਾਂ ਕਰ ਰਹੇ ਹਾਂ ਉਹਦੇ ਨਾਲ ਦੇਸ਼ ਆਪਣੇ ਨਾਲ ਖੜਾ ਹੈ। ਨੈਸ਼ਨਲ ਮੀਡੀਆ ਨੇ ਆਪਣਾ ਸਾਥ ਦਿੱਤਾ, ਜਿਵੇਂ ਪਹਿਲਾਂ ਵੀ ਕਿਹਾ, ਹਰ ਖਿੱਤੇ ਦੇ ਔਰ ਹਰ ਧਰਮ ਦੇ ਲੋਕਾਂ ਸਾਡਾ ਸਾਥ ਦਿੱਤਾ। ਬਸ ਇੱਕ ਗੱਲ ਮੈਂ ਆਪਣੀ ਗੱਲ ਕਹਿ ਕੇ ਸਮਾਪਤ ਕਰਨੀ ਆ, ਫੈਸਲਾ ਤੁਹਾਡੇ ਲੋਕਾਂ ਦਾ, ਤੁਸੀਂ ਲੈਣਾ ਹੈ। ਬਹੁਮਤ ਸੰਗਤ ਜਿਹੜੀ ਆ ਉਹ ਜ਼ਿੰਮੇਵਾਰ ਸੰਗਤ ਆ, ਉਹ ਆਪਣੀ ਸੋਚ ਨਾਲ ਗੱਲ ਕਰਦੇ ਪਏ ਆ, ਪਰ ਇੱਕ ਗੱਲ ਮੇਰੀ ਯਾਦ ਰੱਖ ਲਿਓ, ਜੇ ਆਪਾਂ ਕੋਈ ਐਸਾ ਕੰਮ ਨਾ ਕਰੀਏ, ਬਹੁਤ ਸਾਰੇ ਲੋਕ ਸ਼ਰਾਰਤੀ ਹੁੰਦੇ ਨੇ ਵਿੱਚ, ਬਹੁਤ ਸਾਰੇ ਲੋਕ ਇਹਦੇ 'ਚ ਅੱਗ ਪਾਉਣ ਦੀ ਕੋਸ਼ਿਸ਼ ਕਰਦੇ, ਤੇਲ ਪਾਉਣ ਦੀ ਅੱਗ 'ਚ ਕੋਸ਼ਿਸ਼ ਕਰਦੇ ਨੇ। ਬਹੁਤ ਸਾਰੇ ਸੂਝਵਾਨ ਲੋਕ ਹੁੰਦੇ ਨੇ ਜਿਹੜੇ ਜ਼ਿੰਮੇਵਾਰੀ ਨਾਲ ਚੀਜ਼ਾਂ ਨੂੰ ਨਿਪਟਾਉਂਦੇ ਨੇ, ਉਹ ਵੀ ਬਹੁਤ ਲੋਕ ਨੇ, ਉਹ ਕੱਲ੍ਹ ਵੀ ਸੀ ਪਰਸੋਂ, ਬੜੇ ਜ਼ਿੰਮੇਵਾਰ ਲੋਕ ਸੀਗੇ ਉੱਥੇ। ਔਰ ਬੜੇ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਸਿਰਫ ਸ਼ਰਾਰਤ ਕਰਨਾ ਹੁੰਦਾ, ਔਰ ਮਾਫ਼ ਕਰਿਓ ਜੇ ਕਈ ਲੋਕ ਤੇ ਇੰਨੀ ਸ਼ਰਾਰਤ ਦੇ ਮਨ 'ਚ ਹੁੰਦੇ ਨੇ ਵੀ ਮੈਂ ਉਹਦੇ ਅਲਫਾਜ਼ ਬੋਲੂ ਚੰਗਾ ਨਹੀਂ ਲੱਗੂ, ਮੈਂ ਇਸ ਕਰਕੇ ਜਾਂਦਾ ਨਹੀਂ ਉੱਧਰ। ਹੁਣ ਗੱਲ ਇਹ ਆ, ਅੱਜ ਤੇ ਦੇਸ਼ ਦੇ ਲੋਕ ਸਾਡੇ ਨਾਲ ਨੇ, ਮੀਡੀਆ ਸਾਡੀ ਗੱਲ ਕਰ ਰਿਹਾ ਹੈ, ਕੱਲ੍ਹ ਇਹ ਵੀ ਸੱਚ ਆ। ਇੱਕ ਗੱਲ ਹੋਰ, ਗੱਲਾਂ ਇਹ ਵੀ ਉੱਠੀਆਂ, ਮੈਨੂੰ ਵੀ ਸਵਾਲ ਪੁੱਛੇ ਗਏ, ਤੁਸੀਂ ਵੀ ਦੇਖਿਆ ਹੋਊਗਾ, ਤੁਹਾਨੂੰ ਜ਼ਰੂਰ ਕਿਸੇ ਨੇ ਗੱਲ ਕੀਤੀ ਹੋਊਗੀ ਕਿ ਸਰਬਜੀਤ ਤੇ ਅੱਗੇ ਵੀ ਮੁਕੱਦਮੇ ਦਰਜ ਹੋਏ ਨੇ, ਸਰਬਜੀਤ ਤੇ ਆ ਵੀ ਮੁਕੱਦਮਾ ਦਰਜ ਹੋਇਆ, ਸਰਬਜੀਤ ਤੇ ਕਿੰਨੇ ਮੁਕੱਦਮੇ ਦਰਜ ਹੋਏ ਨਹੀਂ ਹੋਏ, ਇਹਦੇ ਨਾਲ ਜੋ ਪੁਲਿਸ ਨੇ ਉੱਤੇ ਜਾਤੀ ਕੀਤੀ ਉਹ ਰਾਈਟ ਨਹੀਂ ਬਣ ਜਾਂਦਾ, ਪੁਲਿਸ ਦਾ ਰਾਈਟ ਨਹੀਂ ਬਣ ਜਾਂਦਾ, ਭਾਵੇਂ ਕਿਸੇ ਕਿੰਨੇ ਵੀ ਮੁਕੱਦਮੇ ਦਰਜ ਹੋਏ ਹੋਣ, ਪੁਲਿਸ ਦਾ ਰਾਈਟ ਨਹੀਂ ਬਣ ਜਾਂਦਾ ਕਿਸੇ ਨੂੰ ਇਸ ਤਰੀਕੇ ਨਾਲ ਮਾਰਨ ਦਾ। ਸੋ ਮੈਂ ਨਹੀਂ ਸਮਝਦਾ ਜਿਹੜੇ ਲੋਕ ਇਹ ਗੱਲ ਕਰਦੇ ਪਏ ਉਹ ਜਾਇਜ਼ ਕਰਦੇ ਪਏ ਆ, ਉਹਦੇ ਤੇ ਮੁਕੱਦਮੇ ਦਰਜ ਨੇ ਆਪਣੇ ਪੁਗਤੇ, ਜੇ ਉੱਤੇ ਪਹਿਲਾਂ ਤੋਂ ਮੁਕੱਦਮੇ ਦਰਜ ਨੇ ਅਸੀਂ ਕਿਹੜਾ ਉਹਨੂੰ ਕਿਹਾ ਕਿ ਉਸ ਮੁਕੱਦਮੇ ਛੱਡ ਦਿੱਤਾ ਜਾਵੇ, ਜੇ ਉਹਨੇ ਕੋਈ ਕ੍ਰਾਈਮ ਪਹਿਲਾਂ ਝਗੜਾ ਕੀਤਾ ਤੇ ਉਹ ਆਪਣੀ ਲੜਾਈ ਲੜ ਰਿਹਾ। ਅਸੀਂ ਸਾਡੀ ਲੜਾਈ ਕੇਵਲ ਔਰ ਕੇਵਲ ਇਸ ਪਰਟੀਕੁਲਰ ਇੰਸੀਡੈਂਟ ਦੀ ਆ ਜਿਹਦੇ ਅੰਦਰ ਅਸੀਂ ਮਹਿਸੂਸ ਕਰਦੇ ਹਾਂ, ਮੈਂ ਨਹੀਂ ਪੂਰੇ ਦੇਸ਼ ਦੇ ਲੋਕ ਮਹਿਸੂਸ ਕਰਦੇ ਪਏ ਨੇ। ਕਿਆ ਮੈਂ ਇਕੱਲਾ ਬੋਲਦਾ ਪਿਆ? ਮੈਂ ਨਹੀਂ ਇਕੱਲਾ ਬੋਲ ਰਿਹਾ, ਬਹੁਤ ਲੋਕ ਬੋਲਦੇ ਪਏ ਨੇ ਹਰ ਖਿੱਤੇ ਤੋਂ, ਮੈਂ ਜਿਵੇਂ ਦੱਸਿਆ ਹਰ ਲੋਕ ਬੋਲਦੇ ਪਏ ਨੇ, ਔਰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਸਰਬਜੀਤ ਨਾਲ ਮਾੜਾ ਹੋਇਆ। ਪਰ ਸਾਡੇ ਕੁਛ ਸਿੱਖ ਨੇਤਾ, ਮੈਂ ਵਰਡ ਯੂਜ਼ ਕਰ ਰਿਹਾ, ਧਿਆਨ ਨਾਲ ਸੁਣੋ ਜੇ, ਸਿੱਖ ਨੇਤਾ ਖਾਸ ਤੌਰ 'ਤੇ ਇੱਕ ਦਿੱਲੀ ਦਾ ਬਹੁਤ ਹਤਾਸ਼ ਬੀਜੇਪੀ ਦਾ ਨੇਤਾ, ਬਹੁਤ ਸਿੱਖ ਬੀਜੇਪੀ ਦਾ ਇੱਕ ਹਤਾਸ਼ ਨੇਤਾ, ਜਿਸ ਨੂੰ ਹਮੇਸ਼ਾ ਹੀ ਸਿੱਖਾਂ ਦੀ ਚੜ੍ਹਦੀ ਕਲਾ ਕਦੀ ਵੀ ਉਸਨੂੰ ਬਰਦਾਸ਼ਤ ਨਹੀਂ ਹੋਈ, ਔਰ ਮੇਰੇ ਦੇ ਖਿਲਾਫ਼ ਬੋਲਣਾ ਉਹਦਾ ਵਿਚਾਰੇ ਦਾ ਕਿੱਤਾ ਬਣ ਚੁੱਕਿਆ ਹੈ। ਉਹ ਮੇਰੇ ਖਿਲਾਫ਼ ਬੋਲ ਕੇ ਥੋੜ੍ਹੀ ਬਹੁਤੀ ਰੋਟੀ ਖਾਣ ਦਾ ਇੰਤਜ਼ਾਮ ਕਰਦਾ ਹੈ। ਮੈਂ ਕਦੀ ਉਹਦੇ ਜਦੋਂ ਟਵੀਟ ਵਗੈਰਾ ਦੇਖਦਾ ਮੈਂ ਮਨ 'ਚ ਹੱਸਦਾ ਹੈ ਕਿ ਕਿੰਨੀ ਲੋਕਾਂ ਨੂੰ ਚਿੰਤਾ ਹੈ ਤੇਰੀ, ਕਿੰਨੀ ਲੋਕਾਂ ਨੂੰ ਚਿੰਤਾ ਹੈ। ਉਹ ਕੱਲ੍ਹ ਦਾ ਟਵੀਟ ਪਾ ਰਿਹਾ ਹੈ, ਕਦੀ ਕਹਿ ਰਿਹਾ ਜੀ ਉੱਥੇ ਪੁਲਿਸ ਨੂੰ ਕੁੱਟਤਾ ਸਿੱਖ ਹੋ ਕੇ। ਦੇਖੋ ਦੇਸ਼ ਦੇ ਹਰ ਧਰਮ ਦੇ ਲੋਕ ਸਾਡਾ ਸਾਥ ਦੇ ਰਹੇ ਨੇ, ਔਰ ਇੱਕ ਸਿੱਖ ਨੇਤਾ, ਮੈਂ ਨਾਮ ਨਹੀਂ ਲੈਣਾ ਕਿਉਂਕਿ ਮੇਰੇ ਨਜ਼ਰ 'ਚ ਬਹੁਤ ਛੋਟਾ ਆਦਮੀ ਆ, ਔਰ ਮੈਂ ਛੋਟੇ ਬੰਦੇ ਦਾ ਨੂੰ ਆਪਣੇ ਆਪ ਦੇ ਅੰਦਰ ਉਹਨੂੰ ਉਹਦਾ ਨਾਮ ਲੈ ਕੇ ਔਰ ਉਹਦੀ ਕੋਈ ਲੋਕਾਂ ਦੇ ਸਾਹਮਣੇ ਮੈਂ ਉਹਦੇ ਖਿਲਾਫ਼ 'ਚ ਬੋਲਣਾ ਨਹੀਂ, ਪਰ ਮੈਂ ਉਹਦੀ ਸੱਚਾਈ ਦੱਸਣਾ ਚਾਹੁੰਦਾ। ਨਾਮ ਤੁਸੀਂ ਸਮਝ ਚੁੱਕੇ ਹੋਗੇ, ਬੜਾ ਛੁੱਟ ਭਈਆ ਨੇਤਾ ਹੈ, ਟਵੀਟ ਪਾਉਂਦਾ ਹੈ, ਜਿਹੜਾ ਛੁੱਟ ਭਈਆ ਦਿੱਲੀ ਦਾ ਇੱਕ ਨੇਤਾ ਬੀਜੇਪੀ ਦਾ ਜਿਹੜਾ ਟਵੀਟ ਪਾਉਂਦਾ, ਤੁਹਾਨੂੰ ਪਤਾ ਹੀ ਹੋਣਾ ਕਿਹੜਾ ਛੁੱਟ ਭਈਆ ਹੈ, MLA ਵੀ ਰਿਹਾ ਹੈ, ਔਰ ਫਰਸਟ੍ਰੇਟਿਡ ਆ, ਜੈਲਸ ਆ, ਬੜੀ ਜੈਲਸੀ ਉਹਦੇ ਅੰਦਰ ਸਾਡੇ ਪ੍ਰਤੀ, ਖਾਸ ਤੌਰ 'ਤੇ ਮੇਰੇ ਪ੍ਰਤੀ ਔਰ ਅਕਾਲੀ ਦਲ ਦੇ ਪ੍ਰਤੀ, ਕਿਉਂਕਿ ਉਹਦੀ ਤਕਲੀਫ ਇਹ ਰਹਿੰਦੀ ਹੈ ਕਿ ਉਹ ਵਿਚਾਰਾ ਕਿਤੇ ਦਿਖਾਈ ਹੀ ਨਹੀਂ ਦਿੰਦਾ, ਦਿਖਾਉਣ ਵਾਸਤੇ ਤੁਹਾਨੂੰ ਲੜਨਾ ਪੈਂਦਾ, ਯੂ ਨੀਡ ਟੂ ਬੀ ਅ ਫਾਈਟਰ, ਅਗਲੀ ਲਾਈਨ 'ਚ ਲੈ ਕੇ ਆਪਣੀ ਕੌਮ ਲਈ ਲੜਾਈ ਲੜਨੀ ਪੈਂਦੀ, ਅੱਗੇ ਵਧੋ, ਲੜੋ, ਪਾਰਟੀ ਦੀ ਪਰਵਾਹ ਨਾ ਕਰੋ, ਆਪਣੇ ਕਿਸੇ ਜਦੋਂ ਤੁਹਾਡੇ ਆਪਣੀ ਗੱਲ ਆ ਜੇ, ਜਦੋਂ ਤੁਹਾਡੀ ਕਮਿਊਨਿਟੀ ਦੀ ਗੱਲ ਆਵੇ ਤੁਸੀਂ ਅੱਗੇ ਵੱਧ ਕੇ ਲੜਾਈ ਲੜੋ, ਫਿਰ ਪਾਰਟੀਆਂ ਦੀ ਨਾ ਗੱਲ ਸੋਚੋ। ਜਿਹੜੇ ਲੋਕ ਕੇਵਲ ਔਰ ਕੇਵਲ ਚਾਪੜੂਸੀਆਂ ਕਰਦੇ ਨੇ, ਪਾਰਟੀਆਂ ਤਲਵੇ ਚੱਟਦੇ ਨੇ, ਉਹਨਾਂ ਨੂੰ ਕਦੀ ਵੀ ਲੋਕ ਮੂੰਹ ਨਹੀਂ ਲਾਉਂਦੇ, ਉਹਨਾਂ ਤੋਂ ਲੋਕ ਹਮੇਸ਼ਾ ਹਮੇਸ਼ਾ ਸਤਰਕ ਰਹਿੰਦੇ ਨੇ। ਇਹ ਵੀ ਉਸ ਕਦਰ ਦਾ ਨੇਤਾ ਹੈ। ਕੀ ਕਹਿ ਰਿਹਾ ਦੋ ਦਿਨ ਤੋਂ, ਦੇਖੋ ਜੀ ਸਰਬਜੀਤ ਦੇ ਪੁਰਾਣੇ ਕੇਸ ਕੱਢ ਕੇ ਲੈ ਕੇ ਆ ਰਿਹਾ, ਸਰਬਜੀਤ ਦੇ ਉਹ ਮੇਰੇ ਖਿਲਾਫ਼ ਬੋਲਦਾ ਪਿਆ। ਪਰਸੋਂ ਕਹਿ ਰਿਹਾ ਸੀ ਦੇਖੋ ਸਿਰਸੇ ਨੂੰ ਲੋਕਾਂ ਧੱਕੇ ਮੁੱਕੇ ਕੀਤੇ ਕਿਉਂਕਿ ਸਿਰਸਾ ਬੋਲਦਾ ਪਿਆ ਸੀ, ਦੇਖੋ ਉਹਦੇ ਸਾਹਮਣੇ ਉਹਦੀ ਸੱਚਾਈ ਆ ਗਈ, ਜੋ ਉਹਨੇ ਲੋਕਾਂ ਨੇ ਕੀਤਾ ਉਹਦੇ ਨਾਲ ਹੋ ਗਿਆ। ਦੱਸੋ ਵੀ ਮੈਂ ਤੇ ਕੌਮ ਦੀ ਲੜਾਈ ਲੜੀ, ਜੇ ਮੈਨੂੰ 100 ਬੰਦੇ ਗਾਲਾਂ ਕੱਢ ਦਿਓ ਬਈ, ਮੈਨੂੰ ਮਾਰ ਵੀ ਲਓ, ਮੈਂ ਤਾਂ ਤੁਹਾਡਾ ਸੇਵਾਦਾਰ ਹਾਂ, ਮੈਨੂੰ ਥੱਲੇ ਬਿਠਾ ਕੇ ਮਾਰ ਲਓ, ਮੈਂ ਕਿਹੜਾ ਕਦੀ ਮਨਾ ਕਰਦਾ ਹੈ। ਜੇ ਮੈਂ ਕੋਈ ਗਲਤੀ ਕੀਤੀ ਹੋਊਗੀ ਤੇ ਮੈਂ ਆਪੇ ਭੁਗਤ ਲਊਂਗਾ, ਪਰ ਤੁਹਾਨੂੰ ਕਿਉਂ ਚਿੰਤਾ ਰਹਿੰਦੀ ਆ, ਤੁਹਾਨੂੰ ਕਿਉਂ ਸਰਾਬ, ਤੁਸੀਂ ਇਸ ਮੁੱਦੇ 'ਚ ਬੋਲ ਕਿਉਂ ਨਹੀਂ ਪਾਏ? ਇਹ ਲੋਕ
ਅੱਜ ਇੱਕ ਹਿੰਦੂ ਸਿੱਖ ਦਾ ਮੁਸਲਾ ਬਣਾਉਣਾ ਚਾਹ ਰਹੇ ਨੇ। ਮੈਂ ਤੁਹਾਨੂੰ ਵੀਰਾਂ ਨੂੰ ਜਿਹੜੀ ਗੱਲ ਕਰ ਰਿਹਾ ਸੀਗਾ, ਆਪਾਂ ਨੂੰ ਬੜਾ ਜਾਗਰੂਕ ਹੋਣ ਦੀ ਲੋੜ ਆ। ਜਿਹੜੇ ਲੋਕ ਅੱਜ ਇਸ ਮੁੱਦੇ ਨੂੰ ਬਦਲ ਕੇ ਆਪਸੀ ਅੰਦਰ ਇੱਕ ਲੜਾਈ ਦਾ ਮਾਹੌਲ ਬਣਾਉਣਾ ਚਾਹੁੰਦੇ ਨੇ, ਉਹਨਾਂ ਤੋਂ ਸਤਰਕ ਰਹੀਏ। ਆਪਣੀ ਬਹੁਤ ਵੱਡੀ ਜਿੱਤ ਹੋਈ ਆ, ਬਹੁਤ ਵੱਡੀ ਜਿੱਤ ਹੋਈ ਆ। ਇਸ ਕਰਕੇ ਆਪਾਂ ਹੁਣ ਇਸ ਲੜਾਈ ਨੂੰ ਅਗਲੇ ਮੁਕਾਮ 'ਤੇ ਲੈ ਕੇ ਜਾਈਏ। ਔਰ ਜਿਹੜੀਆਂ ਅਗਲੀਆਂ ਲੜਾਈਆਂ ਲੜਦੇ ਪਏ ਹਾਂ, ਕਮਲਨਾਥ ਦੀ ਲੜਾਈ ਅਸੀਂ ਲੜਦੇ ਪਏ ਹਾਂ, ਸੱਜਣ ਕੁਮਾਰ ਦੀ ਲੜਾਈ ਲੜਦੇ ਪਏ ਹਾਂ, ਉਸ ਦੇ ਉੱਤੇ ਆਪਾਂ ਜਿਸ ਤਰੀਕੇ ਅੱਗੇ ਫੋਕਸ ਕੀਤਾ, ਸਾਰਿਆਂ ਸਾਡਾ ਸਾਥ ਦਿੱਤਾ ਹੈ ਵੀਰੋ, ਕੋਈ ਛੋਟੀ ਗੱਲ ਨਹੀਂ ਹੈਗੀ। 34 ਸਾਲ ਬਾਅਦ ਕਮਲਨਾਥ ਨੂੰ ਜੇਲ੍ਹ ਭੇਜਿਆ ਹੈ, ਔਰ ਤੁਸੀਂ ਕਲਪਨਾ ਕਰਕੇ ਦੇਖੋ 34-35 ਸਾਲ ਬਾਅਦ ਕਮਲਨਾਥ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ, ਸੱਜਣ ਕੁਮਾਰ ਨੂੰ, ਔਰ ਹੁਣ ਕਮਲਨਾਥ ਦਾ ਕੇਸ ਮੈਂ 35 ਸਾਲ ਬਾਅਦ ਖੁਲਵਾਇਆ ਹੈ। 35 ਸਾਲ ਖਾਲਸਾ ਜੀ, 35 ਸਾਲ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਆ, ਇਹ ਲੜਾਈ ਲੜਨ ਵਾਲੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਆ, ਔਰ ਆਪਾਂ ਇਸ ਨੂੰ ਕਮਲਨਾਥ ਨੂੰ ਜੇਲ੍ਹ ਛੱਡ ਕੇ ਆਉਣਾ। ਸੋ ਮੁੱਦਿਆਂ ਨੂੰ ਡਿਵਰਟ ਨਾ ਹੋਣ ਦਈਏ, ਜਿਹੜੇ ਲੋਕ ਸਾਡਾ ਸਾਥ ਦਿੰਦੇ ਪਏ ਨੇ ਉਹਨਾਂ ਦਾ ਧੰਨਵਾਦ ਕਰੀਏ, ਹਰ ਧਰਮ ਦੇ ਲੋਕਾਂ ਸਾਡਾ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਕਰੀਏ। ਇਹ ਧਾਰਮਿਕ ਮੁੱਦਾ ਨਾ ਬਣਾ ਕੇ ਇੱਕ ਇਨਜਸਟਿਸ ਦਾ, ਬੇਇਨਸਾਫੀ ਦਾ ਮੁੱਦਾ ਹੈ, ਆਪਾਂ ਉਹਦੇ ਨਾਲ ਲੜਾਈ ਲੜੀਏ। ਤੁਸੀਂ ਮੇਰਾ ਸਾਥ ਦਿੱਤਾ, ਫੈਸਲਾ ਤੁਹਾਡਾ ਹੈ, ਮੈਂ ਤੁਹਾਡਾ ਸੇਵਾਦਾਰ, ਜੋ ਮੈਨੂੰ ਆਦੇਸ਼ ਕਰਦੇ ਕਰਦਾ ਰਹਿੰਦਾ। ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।